दोस्तों आज हम पंजाब के किन्नू के सबसे बड़े व्यापारी सुरेंद्र चराया के बालाजी कोल्ड स्टोर पर आए हैं। सुरेंद्र चराया का कहना है कि हमारे किसान को आज भी 20 साल पहले का किन्नू का भाव मिलता है। पाकिस्तान एशिया में भारत का अकेला कंपटीटर है। अच्छे इंफ्रास्ट्रक्चर के कारण पाकिस्तान का किन्नू दुनिया के हर हिस्से में पहुँच रहा है। आइए जरा इस संबंध में सुरेंद्र चराया की बात सुन लेते हैं। ਕਿਨੂੰ ਉਦੋਂ ਵੀ ਸਾਨੂੰ 2001 ਦੇ ਵਿੱਚ ਵੀ 10 ਰੁਪਏ ਕਿਲੋ ਅਤੇ ਅੱਜ 2019 ਦੇ ਵਿੱਚ ਵੀ 10 ਰੁਪਏ ਕਿਲੋ। ਇਹ ਇੱਕ ਬੜੇ ਅਫਸੋਸ ਦੀ ਗੱਲ ਹੈ ਵੀ ਸਾਡਾ ਜਿਹੜਾ ਕਿਨੂੰ ਹੈ ਨਾ ਵੀ ਕੋਈ ਜ਼ਿਆਦਾ ਪ੍ਰਮੋਟ ਨਹੀਂ ਹੋ ਸਕਿਆ। ਇਹ ਕਿਨੂੰ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਕਮੀ ਹੈ, ਸਾਡੇ ਕੋਲ ਕੋਈ ਚੰਗੀ ਵੈਕਸ ਨਹੀਂ। ਸਾਡਾ ਜਿਹੜਾ ਕੰਪੀਟੀਟਰ ਹੈ ਉਹ ਪਾਕਿਸਤਾਨ ਹੈ। ਪਾਕਿਸਤਾਨ ਕਿਨੂੰ ਜਿਹੜਾ ਉਹ ਹਰ ਕੰਟਰੀ ਦੇ ਵਿੱਚ ਭੇਜ ਰਿਹਾ, ਚਾਹੇ ਉਹ ਇੱਧਰ UAE ਚਲੇ ਜਾਓ, ਦੁਬਈ ਹੈ ਜਾਂ ਈਰਾਨ, ਇਰਾਕ, ਅਫਗਾਨਿਸਤਾਨ ਜਾਂ ਇੱਧਰ ਰਸ਼ੀਆ ਔਰ ਇੱਧਰ ਇੰਡੋਨੇਸ਼ੀਆ, ਮਲੇਸ਼ੀਆ, ਹਰ ਕੰਟਰੀ 'ਚ ਪਾਕਿਸਤਾਨ ਦਾ ਕਿਨੂੰ ਵੇਖਣ ਨੂੰ ਮਿਲਦਾ। ਉਹਦਾ ਕਾਰਨ ਹੈ ਵੀ ਕਿਨੂੰ ਜਿਹੜਾ ਉਹਨਾਂ ਕੋਲ ਇਨਫਰਾਸਟ੍ਰਕਚਰ ਵਧੀਆ ਹੈਗਾ, ਉਹਦੇ ਬਰੀਡਿੰਗ ਲਾਈਨ ਬਹੁਤ ਚੰਗੀ ਹੈ, ਵੈਕਸੀਨ ਬਹੁਤ ਵਧੀਆ ਹੈ, ਉਹਦੀ ਸ਼ੈਲਫ ਦਾ ਵੀ ਬੜੀ ਵਧਾ ਲੈਂਦੇ ਉਹ। ਸਾਡੇ ਕੋਲ ਨਾ ਤਾਂ ਚੰਗੀ ਵੈਕਸ ਅੱਜ ਤੱਕ ਸਰਕਾਰ ਨੇ ਸਾਨੂੰ ਕੋਈ ਪ੍ਰੋਵਾਈਡ ਕਰਾਈ, ਅਤੇ ਉਹਦੇ ਵਿੱਚ ਫੰਗੀਸਾਈਡ ਪੈਂਦੀ ਜੀ ਅਮੇਜ਼ਲਿਨ ਅਤੇ ਥਾਇਆ ਵੱਡਾ ਜ਼ੋਰ, ਅਤੇ ਉਹ ਸਾਊਥ ਅਫਰੀਕਾ ਦਾ ਜਿਹੜਾ ਬਗੂਸ਼ ਹੈ ਉਹ ਵੀ 4-4 ਮਹੀਨੇ ਉਹਨਾਂ ਦਾ ਜਿਹੜਾ ਉਹ ਬੜਾ ਵਧੀਆ ਰਹਿ ਜਾਂਦਾ ਹੈ। ਜਿਹੜਾ ਆਸਟ੍ਰੇਲੀਆ ਦਾ ਮੈਂਡਰਿਨ ਹੈਗਾ ਕਿੰਨੂ, ਚਾਈਨਾ ਦਾ ਹੈ, ਉਹ ਉਸ ਚੀਜ਼ ਨਾਲ ਕੋਟਿੰਗ ਹੋਇਆ ਹੁੰਦਾ, ਪਰ ਸਾਡੇ ਉਹ ਇੰਡੀਆ 'ਚ ਉਹ ਬੈਨ ਕੀਤਾ ਹੈ ਵੀ ਉਹ ਕਾਫੀ ਸਾਲਾਂ ਤੋਂ ਅਸੀਂ ਕਹਿ ਰਹੇ ਇਹਨਾਂ ਨੂੰ ਵੀ ਸਾਨੂੰ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ, ਲਿਖ ਕੇ ਵੀ ਦਿੱਤਾ ਹੈ, ਫੂਡ ਪ੍ਰੋਸੈਸਿੰਗ ਮਿਨਿਸਟਰ ਹਰਸਿਮਰਤ ਕੌਰ ਬਾਦਲ ਨੂੰ ਵੀ ਲਿਖ ਕੇ ਦਿੱਤਾ ਜੀ। ਅਸੀਂ ਹਰੇਕ ਨੂੰ ਮਿਨਿਸਟਰ ਨੂੰ ਜਿੱਥੇ ਵੀ ਗੱਲ ਹੁੰਦੀ ਅਸੀਂ ਉਹ ਵੈਕਸ ਦੇ ਬਾਰੇ ਗੱਲ ਕਰਦੇ ਹਾਂ ਵੀ ਸਾਨੂੰ ਚੰਗੀ ਗ੍ਰੇਡਿੰਗ ਲਾਈਨ ਦਿੱਤੀ ਜਾਵੇ। ਅੱਜ ਸਾਡੇ ਕੋਲ ਜੁਗਾੜ ਹੈਗਾ ਜਿਹੜੀ ਗ੍ਰੇਡਿੰਗ, ਕੋਈ ਨਾ ਕਿ ਇੱਕ ਚੰਗੀ ਗ੍ਰੇਡਿੰਗ ਲਾਈਨ ਨਹੀਂ ਹੈਗੀ ਜਿਹੜੀ ਉਹਦੇ ਕੋਈ ਸੈਂਸਰ ਲੱਗੇ ਹੁੰਦੇ ਹੈ, ਅਤੇ ਉਹ ਜਿਹੜਾ ਪਾਕਿਸਤਾਨ ਕੋਲ ਹੈ ਸਾਡੇ ਕੋਲ ਨਹੀਂ ਹੈ। ਸਾਡੇ ਨਾਲ ਉਹ ਤਾਂ ਕੋਈ ਪਾਕਿਸਤਾਨੀ ਚੰਗਾ ਹੋਇਆ ਉਸ ਵੀ ਕਿਨੂੰ ਜਿਹੜਾ ਹੈਗਾ ਪਾਕਿਸਤਾਨ ਜਿਹੜਾ ਕਿੱਥੇ ਵੀ ਵੇਖੋ ਉਹ ਕਿਨੂੰ ਪਾਕਿਸਤਾਨ ਦਾ ਵੇਖਣ ਨੂੰ ਮਿਲਦਾ, ਸਾਡਾ ਕਿਨੂੰ ਜ਼ਿਆਦਾ ਤੋਂ ਜ਼ਿਆਦਾ ਬੰਗਲਾਦੇਸ਼ ਤੱਕ ਜਾਂਦਾ ਵੀ ਜਿਹੜੀ ਸਾਡੇ ਨਾਲ ਵੀ ਬੇਗੁਦਰੀ ਜਿਹੜੀ ਉਹਨਾਂ ਦੀ ਕਰੰਸੀ ਹੈਗੀ ਹੈ, ਅਤੇ ਉਹਨਾਂ ਦੀ ਜਿਹੜੀ ਉਹ ਇਹਦੀਆਂ ਕੰਟਰੀਆਂ 'ਚ ਭੇਜ ਰਹੇ ਜਿੱਥੇ ਉਹ ਕਰੰਸੀ ਦਾ ਰੇਟ ਜਿਹੜਾ ਉਹਨਾਂ ਨੂੰ ਮਤਲਬ ਜ਼ਿਆਦਾ ਮਿਲਦਾ। ਅੱਗੇ ਅਪੀਲ ਹੈ ਵੀ ਸਾਨੂੰ ਵੀ ਕੋਈ ਚੰਗੀ ਗ੍ਰੇਡਿੰਗ ਲਾਈਨ, ਸਾਨੂੰ ਵੀ ਵਧੀਆ ਮਸ਼ੀਨਾਂ ਦਿੱਤੀਆਂ ਜਾਣ, ਚੰਗੀ ਵੈਕਸ ਪ੍ਰੋਵਾਈਡ ਕਰਾਈ ਜਾਵੇ, ਉਹਦੇ ਸਾਡਾ ਇਹ ਜਿਹੜਾ ਕਿਸਾਨਾਂ ਨੂੰ ਸਾਨੂੰ ਫਾਇਦਾ ਮਿਲ ਸਕੇ ਜਿਹੜਾ ਇਸ ਗੱਲ ਦਾ। सुरेंद्र चराया का मानना है कि किन्नू के छोटे फलों की प्रोसेसिंग की जाए तो किसान को फायदा मिल सकता है। इसके अलावा यदि अच्छे कोल्ड स्टोर की व्यवस्था हो जाए तो भी बाजार में एकदम से किन्नू की भरमार की समस्या को काबू में लाया जा सकता है। बाकी ये किन्नू 80,000-85,000 हेक्टर किन्नू लगभग हो जाता है, लगभग 2.25 लाख एकड़। अब 10 टन भी एक लाइए ना जी, एक एकड़ चो घट तो घट भी पता भी 25 लाख टन किन्नू जो हर साल होंगे, ਜਿਹੜਾ ਸਾਡਾ ਇਹ ਮਸ਼ੀਨਾਂ ਜਿਹੜੀਆਂ ਆਪਣੇ ਪ੍ਰੋਸੈਸਿੰਗ ਵਾਲੀਆਂ ਪੰਜਾਬ ਐਗਰੋ ਦੀ ਜਿਹੜੀਆਂ ਉਹ ਬੰਦ ਪਈਆਂ, ਅਤੇ ਉਹ ਹੁਸ਼ਿਆਰਪੁਰ ਚੱਲ ਰਹੀ ਹੈ ਹੋਰ ਵਾਲੀ ਬਿਲਕੁਲ ਹੀ 10 ਸਾਲ ਤੋਂ ਬੰਦ ਪਈ ਹੈ। ਸਾਡੇ ਕੋਲ 1 ਸਾਲ ਵੀ ਨਹੀਂ ਕਦੇ ਕਿਉਂ ਇਹਨਾਂ ਨੇ ਇੱਕ ਸੀਜ਼ਨ ਵੀ ਲਿਆ, ਜੇ ਉਹ ਸਾਡਾ CD ਗ੍ਰੇਡ ਜਿਹੜਾ ਇਹ ਪ੍ਰੋਸੈਸਿੰਗ ਚਲਾ ਜਾਵੇ ਤਾਂ ਸਾਡੇ 1 ਨੰਬਰ ਕਿਨੂੰ ਦਾ ਕਿਸਾਨਾਂ ਨੂੰ ਫਾਇਦਾ ਹੋ ਜਾਵੇ, 1 ਨੰਬਰ ਕਿਨੂੰ ਦਾ ਰੇਟ ਮਾਰਕੀਟ 'ਚ ਚੰਗਾ ਮਿਲ ਜਾਵੇਗਾ। ਵੀ ਸਾਡੀ ਸਰਕਾਰ ਅੱਗੇ ਅਪੀਲ ਹੈ ਵੀ ਜਿਹੜਾ ਵੀ CD ਗ੍ਰੇਡ ਕਿਨੂੰ ਦਾ ਜਿਹੜਾ ਨਾ ਪ੍ਰੋਸੈਸਿੰਗ ਵਾਸਤੇ ਜੇ ਇਹ ਫੈਕਟਰੀਆਂ ਜ਼ਰੂਰ ਚਲਾਈਆਂ ਜਾਣ, ਜਾਂ ਕੋਈ ਜਿਸ ਤਰ੍ਹਾਂ ਅਸੀਂ ਬੰਬੇ ਪਤਾ ਲੱਗਿਆ ਵੀ ਸਾਡੇ ਕੋਈ 200 ਟਰੱਕ ਜਿਹੜਾ ਸਾਡੇ ਕੋਈ ਕਿਨੂੰ ਲੈ ਕੇ ਗਿਆ ਜੀ ਰਾਓ ਪ੍ਰੋਸੈਸਿੰਗ ਵਾਲਾ, ਜਿਹੜਾ ਉਹ ਵੱਡੇ ਵੱਡੇ ਹੋਟਲਾਂ 'ਤੇ ਉਹ CD ਗ੍ਰੇਡ ਕਿਨੂੰ ਦਾ ਜੂਸ ਫਰੈਸ਼ ਬਣਾ ਕੇ ਅਤੇ 200 ML 100 ਰੁਪਏ ਦਾ ਵੇਚ ਰਿਹਾ, ਅਤੇ ਉਹ ਅਸੀਂ ਪੰਜਾਬ ਵੱਲੋਂ ਕਿਉਂ ਨਹੀਂ ਕਰ ਸਕਦੀ, ਜਾਂ ਪੰਜਾਬ ਵੱਲੋਂ ਇਹ ਖੋਜ ਕਰਨੀ ਚਾਹੀਦੀ ਵੀ ਇਹਦੀਆਂ ਮਸ਼ੀਨਾਂ ਸਾਨੂੰ ਕੋਈ ਲੱਭ ਕੇ ਕੋਈ ਸਬਸਿਡੀ ਥੋੜ੍ਹੀ ਦਿੱਤੀ ਜਾਵੇ। ਫਿਰ ਦੂਜੀ ਗੱਲ ਇਹ ਹੈ ਵੀ ਕਿਨੂੰ ਕੋਲਡ ਸਟੋਰ ਹੋ ਜਾਂਦਾ, ਸ਼ੈਲਫ ਲਾਈਫ ਜਿਹੜੀ ਹੈਗੀ ਹੈ ਵੀ 2 ਮਹੀਨੇ 1.5 ਮਹੀਨਾ 2 ਮਹੀਨੇ ਜਿਹੜਾ ਹੋ ਜਾਂਦਾ ਹੈ ਇਹ ਕੋਲਡ ਸਟੋਰ ਵੀ ਰੱਖਿਆ ਜਾਂਦਾ, ਪਰ ਸਾਡੇ ਕੋਲ ਕੋਲਡ ਸਟੋਰ ਹੀ ਹੈ ਨਹੀਂ ਇੱਥੇ, ਹੋਰ ਚੰਗੇ ਕੋਲਡ ਸਟੋਰ ਹੀ ਹੈ ਨਹੀਂ, ਕਿਉਂਕਿ ਇਹਦੇ ਕਿਨੂੰ ਵਾਸਤੇ ਚੈਂਬਰ ਅਲੱਗ ਚਾਹੀਦੇ ਵੀ ਇਹਦੇ ਵਾਸਤੇ 6-7 ਦਾ ਟੈਂਪਰੇਚਰ ਚਾਹੀਦਾ। ਜੇ ਅਗਰ ਦੂਸਰੇ ਆਲੂ ਵਾਲੇ 'ਚ ਜਾਂ ਕਿਸੇ ਸੇਬ ਵਾਲੇ 'ਚ ਰੱਖਦੇ ਹਾਂ, ਸੇਬ ਨੂੰ 2-3 ਦਾ ਚਾਹੀਦਾ ਅਤੇ ਆਲੂ ਨੂੰ 2-3 ਦਾ ਚਾਹੀਦਾ, ਕਿਨੂੰ ਨੂੰ ਜਿਹੜਾ ਟੈਂਪਰੇਚਰ ਉਹ 6-7 ਚਾਹੀਦਾ। ਅਲੱਗ ਚੈਂਬਰ ਵਾਲੇ ਜਿਹੜੇ ਸਾਡੇ ਕੋਲਡ ਸਟੋਰ ਤੋਂ ਆਏ ਜਾਣ 2-3 ਮਹੀਨਿਆਂ ਵਾਸਤੇ, ਜਿਹੜੇ ਸਾਡੇ ਕਿਨੂੰ ਦੇ ਜਿਹੜੇ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਸੀਜ਼ਨ ਲੰਬਾ ਹੋ ਸਕੇ ਅਤੇ ਮੰਡੀਆਂ 'ਚ ਇੱਕਦਮ ਗਲੱਟ ਨਾ ਆਵੇ, ਜਦੋਂ ਸਾਡੇ ਕੋਲ ਕੋਈ ਇਨਫਰਾਸਟ੍ਰਕਚਰ ਨਾ ਹੋਣ ਕਰਕੇ, ਕੋਲਡ ਸਟੋਰ ਚੰਗੇ ਨਾ ਹੋਣ ਕਰਕੇ ਸਾਨੂੰ ਮਾਰਕੀਟ 'ਚ ਵੇਚਣਾ ਹੀ ਪੈਂਦਾ, ਅਤੇ ਉਹ ਇੱਕਦਮ ਮੰਡੀਆਂ ਭਰ ਜਾਂਦੀਆਂ। ਜਿਸ ਤਰ੍ਹਾਂ ਬੰਗਲੌਰ ਲੈ ਲਓ ਪਹਿਲਾਂ, ਬੰਗਲੌਰ ਦੀ ਗੱਲ ਕਰੀਏ ਤਾਂ 10 ਕਟਰਾਲੇ ਪਹੁੰਚਣ ਦਾ ਚੰਗਾ ਰੇਟ ਮਿਲਦਾ, ਉੱਥੇ 40-40 ਟਰਾਲੇ ਰੋਜ਼ ਪਹੁੰਚਦੇ। ਵਾੜਦੀ ਅਗਰ ਤਾਂ ਅਸੀਂ ਮਜਬੂਰ ਹਾਂ ਵੀ ਸਵੇਰੇ ਫਿਰ 40 ਆ ਜਾਣਗੇ, ਉਹ ਤਾਂ ਵੇਚੇਗਾ ਹੀ, ਇਸ ਕਰਕੇ ਸਾਨੂੰ ਜਿਹੜਾ ਕੋਲਡ ਸਟੋਰ ਦੀ ਬੜੀ ਲੋੜ।
सुरेंद्र चराया का मानना है कि किन्नू के किसानों की समस्या का समाधान करने के लिए सरकार को तुरंत ध्यान देने की जरूरत है। अच्छी और आधुनिक ग्रेडिंग लाइन की उपलब्धता, अलग कोल्ड स्टोर और फल की सेल्फ लाइफ बढ़ाने वाली वैक्स की व्यवस्था किन्नू किसानों को वर्तमान संकट से निकाल सकती है। इस करके सानू जो है कोल्ड स्टोर की बड़ी लोड़ है, कोल्ड स्टोर चंगे लग जा, ग्रेडिंग लाइन सानू चंगी मिल जाए। सब तो वड्डी गल वैक्स की गल जी साड़ी, वैक्स जी है ना यूरोप के जो रिकमेंडेड है, साढ़े इतने इंडिया बैन कर रखे उस चीज़ जो यूरोप के फ्रूट जो वाशिंगटन का कैलीफोर्निया का लै लो या बेलजियम का लै लो या तुर्की का आस्ट्रेलिया का, उन्होंने फ्रूट असं महंगे रेटा दिखा रहे हैं, साढ़े किसान को फायदा होना है तो उस वैक्स से बैन कर रखे। ये एक सरकार बड़ी ध्यान देने वाली गल है जी, ये सब वैक्स चंगी जी दी जाए। दोस्तों वीडियो को लाइक करें, शेयर करें और अपनी राय भी कमेंट बॉक्स में दर्ज कराएं। हमारे चैनल को सब्सक्राइब करके बेल आइकॉन को दबा दें ताकि हमारे हर एक नए वीडियो की जानकारी सबसे पहले आपको मिल सके। धन्यवाद।